ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਰਿਆਂਸ਼ਲ ਦਾ ਵੀਜ਼ਾ ਆਫਿਸ ਤੋਂ ਤੁਹਾਡਾ ਸਵਾਗਤ ਕਰਦਾ। ਸੋ ਜਿਵੇਂ ਕਿ ਤੁਹਾਨੂੰ ਜਾਣਕਾਰੀ ਹੈ, ਦਾ ਵੀਜ਼ਾ ਆਫਿਸ ਡੇਲੀ ਬੇਸਿਸ ਤੇ ਇੱਕ ਨਵੇਂ ਇੰਸਟੀਚਿਊਟ ਦੇ ਨਾਲ ਤੁਹਾਨੂੰ ਇੰਟਰੋਡਿਊਸ ਕਰਦਾ। ਸੋ ਅੱਜ ਜਿਹੜੇ ਕਾਲਜ ਦੀ ਅਸੀਂ ਗੱਲ ਕਰਾਂਗੇ ਉਹ ਬ੍ਰਿਟਿਸ਼ ਕੋਲੰਬੀਆ ਦਾ ਇੱਕ ਬਹੁਤ ਫੇਮਸ ਕਾਲਜ ਹੈ। ਗੱਲ ਕਰਾਂਗੇ ਸੈਲ ਕ੍ਰਿਕ ਕਾਲਜ ਦੀ। ਸੈਲ ਕ੍ਰਿਕ ਕਾਲਜ 1966 ਦੇ ਅੰਦਰ ਅਸਟੈਬਲਿਸ਼ ਹੋਇਆ ਇੱਕ ਪਬਲਿਕ ਕਾਲਜ ਹੈ। ਸੋ ਕਾਫੀ ਸਾਰੇ ਕੋਰਸਿਸ ਹੈਗੇ ਆ ਔਰ ਕਾਫੀ ਅੱਛੀ ਲੋਕੇਸ਼ਨ ਦੇ ਉੱਪਰ ਕਾਲਜ ਦੀ ਜਿਹੜੀ ਅਵੇਲੇਬਿਲਿਟੀ ਹੈ। ਸੋ ਪ੍ਰੋਗਰਾਮ ਨੂੰ ਅੱਗੇ ਲਿਜਾਣ ਤੋਂ ਪਹਿਲੇ ਇੱਕ ਛੋਟੀ ਜਿਹੀ ਰਿਕੁਐਸਟ ਰਹੇਗੀ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਕਿ ਆਉਣ ਵਾਲੇ ਵੀਡੀਓਜ਼ ਦੀ ਨੋਟੀਫਿਕੇਸ਼ਨਸ ਵੀ ਤੁਹਾਨੂੰ ਟਾਈਮਲੀ ਮਿਲਦੀਆਂ ਰਹਿਣ। ਸੋ ਅਗਰ ਮੈਂ ਇਸ ਕਾਲਜ ਦੇ ਕੈਂਪਸਿਸ ਦੀ ਗੱਲ ਕਰਦਾ ਤਾਂ ਤਕਰੀਬਨ 6 ਕੈਂਪਸ ਹੈਗੇ ਔਰ ਜਿਹਦਾ ਮੇਨ ਕੈਂਪਸ ਹੈ ਉਹ ਕੈਸਲਗੜ੍ਹ ਕੈਂਪਸ ਹੈ। ਇਸ ਤੋਂ ਇਲਾਵਾ ਬਾਕੀ 5 ਕੈਂਪਸਿਸ ਦੀ ਗੱਲ ਕਰੀਏ ਤਾਂ ਦ 10th ਸਟਰੀਟ ਕੈਂਪਸ, ਦ ਵਿਕਟੋਰੀਆ ਸਟਰੀਟ ਕੈਂਪਸ, ਦ ਸਿਲਵਰ ਕਿੰਗ ਕੈਂਪਸ, ਦ ਟ੍ਰੇਲ ਕੈਂਪਸ ਐਂਡ ਦ ਗ੍ਰੈਂਡ ਫੋਕ ਕੈਂਪਸ। ਆਹ 5 ਕੈਂਪਸ ਇੱਕ ਮੇਨ ਕੈਂਪਸ ਤੋਂ ਇਲਾਵਾ ਇਸ ਕਾਲਜ ਦੇ ਅੰਦਰ ਅਵੇਲੇਬਲ ਹੈ। ਸੋ ਗੱਲ ਕਰੀਏ ਅਗਰ ਪ੍ਰੋਗਰਾਮਸ ਦੇ ਉੱਪਰ ਤਾਂ ਤਕਰੀਬਨ 60 ਡਿਫਰੈਂਟ ਟਾਈਪਸ ਦੇ ਪ੍ਰੋਗਰਾਮ ਇਸ ਕਾਲਜ ਦੇ ਅੰਦਰ ਅਵੇਲੇਬਲ ਹੈ, ਜਿਹਦੇ ਚ ਤਕਰੀਬਨ 2700 ਸਟੂਡੈਂਟਸ ਹਰ ਸਾਲ ਇੱਥੋਂ ਪੜ੍ਹ ਕੇ ਨਿਕਲਦਾ ਹੈ, ਜਿਹਦੇ ਚ ਕਾਫੀ ਸਾਰੇ ਇੰਟਰਨੈਸ਼ਨਲ ਸਟੂਡੈਂਟ 60 ਡਿਫਰੈਂਟ ਕੰਟਰੀਜ਼ ਤੋਂ ਆ ਕੇ ਪੜ੍ਹਦੇ ਨੇ। ਸੋ ਪ੍ਰੋਗਰਾਮ ਦੇ ਉੱਪਰ ਆਪਾਂ ਗੱਲ ਕਰ ਰਹੇ ਸੀ, ਅਗਰ ਮੈਂ ਪੋਸਟ ਗ੍ਰੈਜੂਏਟ ਡਿਪਲੋਮਾਸ ਦੀ ਗੱਲ ਕਰਦਾ ਤਾਂ ਪੀਜੀ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਹੈ, ਕਲਨਰੀ ਮੈਨੇਜਮੈਂਟ ਵੀ ਹੈਗਾ ਔਰ ਡਿਪਲੋਮਾ ਇਨ ਹੋਸਪਿਟੈਲਿਟੀ ਮੈਨੇਜਮੈਂਟ ਅਕਾਊਂਟਿੰਗ। ਸੋ ਇਹ ਪੀਜੀ ਡਿਪਲੋਮਾਸ ਨੇ। ਅਗਰ ਮੈਂ ਬਾਕੀ ਡਿਪਲੋਮਾਸ ਦੀ ਗੱਲ ਕਰਦਾ ਤਾਂ ਗ੍ਰੈਜੂਏਟ ਡਿਪਲੋਮਾ ਇਨ ਕਲਨਰੀ ਮੈਨੇਜਮੈਂਟ, ਡਿਪਲੋਮਾ ਇਨ ਰਿਜ਼ੋਰਟ ਐਂਡ ਹੋਟਲ ਮੈਨੇਜਮੈਂਟ, ਜੀਓਗ੍ਰਾਫਿਕ ਇਨਫੋਰਮੇਸ਼ਨ ਸਿਸਟਮ ਦੇ ਉੱਪਰ ਡਿਪਲੋਮਾ ਪ੍ਰੋਗਰਾਮ ਹੈਗੇ ਹੈ, ਬਿਜ਼ਨਸ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਇਹਦੇ ਨਾਲ ਨਾਲ ਡਿਪਲੋਮਾ ਇਨ ਡਿਜੀਟਲ ਆਰਟ ਵੀ ਹੈਗੇ ਹੈ। ਸੋ ਐਸੋਸੀਏਟ ਆਫ ਸਾਇੰਸ ਡਿਪਲੋਮਾਸ ਦੇ ਉੱਪਰ ਗੱਲ ਕਰੀਏ ਤਾਂ ਕੰਪਿਊਟਰ ਸਾਇੰਸ ਨੂੰ ਲੈ ਕੇ ਪ੍ਰੋਗਰਾਮ ਹੈਗੇ ਹੈ, ਬਾਇਓਕੈਮਿਸਟਰੀ, ਕੈਮਿਸਟਰੀ, ਮੈਥਮੈਟਿਕ ਐਂਡ ਸਟੈਟਿਕਸ ਦੇ ਉੱਪਰ ਵੀ ਇਸ ਕਾਲਜ ਦੇ ਅੰਦਰ ਡਿਪਲੋਮਾ ਪ੍ਰੋਗਰਾਮ ਅਵੇਲੇਬਲ ਹੈ। ਸੋ ਸਰਟੀਫਿਕੇਟ ਪ੍ਰੋਗਰਾਮ ਦੇ ਉੱਪਰ ਆਪਾਂ ਗੱਲ ਕਰਦੇ ਹਾਂ, ਸਰਟੀਫਿਕੇਟ ਇਨ ਵੈਬ ਡਿਵੈਲਪਮੈਂਟ ਤੇ ਸਰਟੀਫਿਕੇਟ ਇਨ ਇੰਜੀਨੀਅਰਿੰਗ ਵੀ ਇਸ ਕਾਲਜ ਦੇ ਉੱਪਰ ਤੁਹਾਨੂੰ ਅਵੇਲੇਬਲ ਮਿਲ ਜਾਣਗੇ। ਸੋ ਲੋਕੇਸ਼ਨ ਦੀ ਅਗਰ ਮੈਂ ਗੱਲ ਕਰਦਾ ਤਾਂ ਬਹੁਤ ਅੱਛੀ ਲੋਕੇਸ਼ਨ ਤੇ ਕਾਲਜ ਦੀ ਅਵੇਲੇਬਿਲਿਟੀ ਹੈ, ਬਹੁਤ ਅੱਛੀ ਰਿਵਰਸ, ਲੇਕਸ, ਵਾਟਰਫਾਲਸ, ਬੀਚਸ, ਜਿਹੜੇ ਹੋਟ ਸਪ੍ਰਿੰਗ ਵਾਟਰ ਦੇ ਜਿਹੜੇ ਝਰਨੇ ਹੁੰਦੇ ਆ ਉਹ ਵੀ ਕਾਫੀ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੇ। ਸੋ ਕੈਂਪਸ ਦੀ ਗੱਲ ਕਰਦਾ ਤਾਂ ਕੁਆਲਿਟੀ ਸਟੂਡੈਂਟ ਸਰਵਿਸ ਤੇ ਫੈਸਿਲਿਟੀਜ਼ ਅਵੇਲੇਬਲ ਕਰਵਾਈਆਂ ਜਾਂਦੀਆਂ ਔਰ ਸਮਾਲ ਕਲਾਸਰੂਮ ਸਾਈਜ਼ ਰੱਖੇ ਗਏ ਹੈ ਤਾਂ ਕਿ ਜਿਹੜੀ ਸਟੱਡੀ ਮਟੀਰੀਅਲ ਹੈ ਜਾਂ ਸਟੱਡੀ ਨੂੰ ਅਨਕੰਪਰੋਮਾਈਜ਼ਡ ਰੱਖਿਆ ਜਾਏ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਸਟੂਡੈਂਟ ਨੂੰ ਦਿੱਕਤ ਨਾ ਹੋਏ। ਇਹਦੇ ਨਾਲ ਨਾਲ ਜਿਹੜੇ ਕੋਆਪ ਐਜੂਕੇਸ਼ਨ ਪ੍ਰੋਗਰਾਮ ਵੀ ਅਵੇਲੇਬਲ ਹੋਣਗੇ ਤੇ ਫੀਸ ਸਟਰਕਚਰ ਕਾਫੀ ਅਫੋਰਡੇਬਲ ਹੈ। ਇਨਟੇਕਸ ਦੀ ਗੱਲ ਕਰਦਾ ਤਾਂ ਜੈਨ, ਮੇ ਤੇ ਸੈਪਟੈਂਬਰ ਤਿੰਨੋਂ ਇਨਟੇਕ ਇਸ ਕਾਲਜ ਦੇ ਅੰਦਰ ਅਵੇਲੇਬਲ ਨੇ ਔਰ ਆਇਲਸ ਦੀ ਗੱਲ ਕਰੀਏ ਤਾਂ 6 ਅਗਰ ਤੁਹਾਡਾ ਓਵਰਆਲ ਆ ਔਰ ਨਾਟ ਲੈਸ ਦੈਨ 6 ਤਾਂ ਤਕਰੀਬਨ ਕਿਸੇ ਵੀ ਪ੍ਰੋਗਰਾਮ ਦੇ ਅੰਦਰ ਤੁਸੀਂ ਆਪਣਾ ਐਡਮਿਸ਼ਨ ਲੈ ਸਕਦੇ ਹੋ। ਬਾਕੀ ਕੁਝ ਪੀਜੀ ਡਿਪਲੋਮਾ ਦੇ ਉੱਪਰ ਰਿਕੁਆਇਰਮੈਂਟ ਚੈੱਕ ਕਰਨ ਲਈ ਤੁਸੀਂ ਦ ਵੀਜ਼ਾ ਆਫਿਸ ਦੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਐਪਲੀਕੇਸ਼ਨ ਫੀਸ ਜਿਹੜੀ ਹੈਗੀ ਹੈ ਉਹ ਤਕਰੀਬਨ 100 ਕੈਨੇਡੀਅਨ ਡਾਲਰ ਰਹੇਗੀ ਔਰ ਟਿਊਸ਼ਨ ਫੀਸ ਜਿਹੜੀ ਹੈਗੀ ਹੈ ਤਕਰੀਬਨ 11,600 ਕੈਨੇਡੀਅਨ ਡਾਲਰ ਆਨਵਰਡ ਰਹੇਗੀ। ਸੋ ਰਹਿੰਦੀ ਕਿਸੇ ਵੀ ਇਨਫੋਰਮੇਸ਼ਨ ਬਾਰੇ, ਚਾਹੇ ਤੁਹਾਡੇ ਪ੍ਰੀਵੀਅਸ ਸਟੱਡੀ ਨੂੰ ਰਿਲੇਟ ਕਰਦੇ ਹੋਏ ਨੈਕਸਟ ਕਿਹੜਾ ਪ੍ਰੋਗਰਾਮ ਤੁਸੀਂ ਆਪਟ ਕਰ ਸਕਦੇ ਹੋ ਜਾਂ ਤੁਹਾਡੀ ਆਪਣੀ ਰਿਕੁਆਇਰਮੈਂਟ ਜਿਹੜੀਆਂ ਹੈਗੀਆਂ ਤੁਹਾਡੇ ਸਕੋਰ ਨੂੰ ਮੈਚ ਕਰਨ ਲਈ ਫਰਦਰ ਕਿਹੜਾ ਪ੍ਰੋਗਰਾਮ ਦਿੱਤਾ ਜਾ ਸਕਦਾ, ਇਸ ਚੀਜ਼ ਦੀ ਜਾਣਕਾਰੀ ਲਈ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਡਾਊਟਸ ਜਾਂ ਕੁਐਸਚਨਸ ਨੂੰ ਕਲੀਅਰ ਕਰਨ ਲਈ ਤੁਸੀਂ ਦ ਵੀਜ਼ਾ ਆਫਿਸ ਦੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਸੋ ਮਿਲਦੇ ਹਾਂ ਨੈਕਸਟ ਟਾਈਮ ਇੱਕ ਨਵੇਂ ਇੰਸਟੀਟਿਊਟ ਦੇ ਨਾਲ, ਤਦ ਤੱਕ ਲਈ ਇਜਾਜ਼ਤ ਚਾਹੂੰਗਾ। ਥੈਂਕ ਯੂ ਸੋ ਮਚ।